पंजाब पुलिस अपने कारनामियां नूं लै के अक्सर सुर्खियां च रहिंदी है। तुसीं पंजाब पुलिस दे कई वड्डे वड्डे कारनामे सुने होणगे, वेखे होणगे। अज तुहानूं पंजाब पुलिस दा एक अजिहा कारनामा ते एक अजिहा रूप विखाउण जा रहे हां जिस नूं वेख के तुसीं इस पुलिस मुलाजम नूं वेखदे ही रह जाओगे। पहलां तुसीं सुणो इस बच्चे दा गाणा ते फिर तुहानूं दसदे हां पूरी कहानी। विच परदेसां बैग्यों जाके क्यों लाइयां इश्क नूं लीकां विचन माही आ जा वे सानू तेरियां उडीकां विचन माही आ जा वे सानू तेरियां उडीकां। वो अजे घर दे हालात ठीक नहीं आवे मी ते बरांडा वगदा चित करदा सकौडा लै लवां पर घर जे तो डर लगदा चित कर दस कौडा लैणवा पर घर जे तो डर लगदा। वीडियो च विखाई दे रहे चढ़ती उम्र दे इस नौजवान दा नां है महकदीप सिंह ते रहिंदा है जिला अमृतसर दे अजनाला रोड ते पैंदे पिंड छोटे सहसरा विखे। इस नौजवान दी अखां दी रोशनी 3 साल दी उम्र तो चले गई सी। यह नौजवान पढ़ाई दे नाल नाल गायकी दा भी शौक रखदा है पर इस दे घर दे हालात अजिहे ने कि इस दे ख्वाब भी इस दीयां अखां वांग हनेरे च ने। 3 सालां दा हां मैं जदों निकली ही माता, मैनूं माता निकली ते उस कारण उदों पता पता नहीं हुंदा कुछ जदों मल मुल दे रहे ते मुड़ के माता इदां ही हो गई फलूए जे फुल गए रात रात ही गए हैं डॉक्टरां को पर कई कहिंदे बन जूगी कई कहिंदे जमांदरूगा। हाँ जी ते फिर लंच पवाया ही सरसों ना वो नहीं चलिया। मैनू पूरी आस आ ਮੈਨੂੰ ਪੂਰੀ ਆਸ ਆ ਮੈਂ ਉਹਨਾਂ ਦਾ ਸ਼ੁਕਰਾਨਾ ਵੀ ਕਰੂੰਗਾ। ਮਹਿਕਦੀਪ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਮਹਿਕਦੀਪ ਦੇ ਇਲਾਜ ਲਈ ਪੈਸੇ ਨਹੀਂ, ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲਦਾ। ਕਾਬਿਲੇ ਗੌਰ ਹੈ ਕਿ ਮਹਿਕਦੀਪ ਦੇ ਮਾਤਾ ਪਿਤਾ ਵੀ ਦੋਵੇਂ ਹੀ ਅੰਗਹੀਨ ਨੇ। ਦੀਆਂ ਅੱਖਾਂ ਖਰਾਬ ਹੋ ਗਈਆਂ ਸੀ ਮਾਤਾ ਨਿਕਲਣ ਕਾਰਨ 3 ਸਾਲ ਤੇ ਇਲਾਜ ਕਰਵਾਇਆ ਸੀ, ਹੁਣ ਪੈਸੇ ਤੇ ਲਿਖਣਾ ਨਹੀਂ ਸੀ ਅਸੀਂ ਇਲਾਜ ਕਰਵਾਇਆ। ਹਾਂ ਬੜੀ ਜ਼ਿਆਦਾ ਖੁਸ਼ੀ ਹੈ ਖਰਾਬ ਹੋ ਗਈਆਂ 5-6 ਸਾਲ ਦਾ ਅਸੀਂ ਹੁਣ ਸਾਡੇ ਕੋਲ ਇੰਨੀ ਗੁੰਜਾਇਸ਼ ਹੈ ਨਹੀਂ ਇਹਦੀਆਂ ਅਸੀਂ ਅੱਖਾਂ ਦੁਬਾਰਾ ਬਣਾ ਸਕੀਏ। ਇਹ ਅਪੀਲ ਕੀਤੀ ਜਾਵੇ ਵੀ ਇਹਦੀ ਅੱਖਾਂ ਵਾਸਤੇ ਕੋਈ ਨਾ ਕੁਝ ਸੋਚਿਆ ਜਾਵੇ ਚਾਹੇ ਇਹਨਾਂ ਦੀ ਅੱਖਾਂ ਦਾ ਕੋਈ ਇਲਾਜ ਹੋ ਸਕੇ ਅਤੇ ਬੇਨਤੀ ਆ ਕਰਵਾ ਦਿਓ ਅਤੇ ਚੰਗੀ ਮਿਹਰਬਾਨੀ ਹੋਵੇਗੀ ਤੁਹਾਡੀ। ਦੋਵੇਂ ਜੀ ਅਸੀਂ ਹੈਂਡੀਕੈਪ ਹਾਂ, ਸਾਡੇ ਕੋਲ ਆਪਣਾ ਘਰ ਦਾ ਖਰਚਾ ਚੱਲਦਾ ਵਾ, ਇਹਦੇ ਜੋਗੇ ਪੈਸੇ ਨਹੀਂ ਸਾਡੇ ਕੋਲ ਹੈਗੇ ਜੀ। ਹੁਣ ਤੁਹਾਨੂੰ ਦੱਸਦੇ ਹਾਂ ਇਸ ਪੁਲਿਸ ਮੁਲਾਜ਼ਮ ਦੀ ਇਸ ਕਹਾਣੀ ਦੇ ਨਾਲ ਸੰਬੰਧ ਬਾਰੇ। ਦਲਜੀਤ ਸਿੰਘ ਜੋ ਕਿ ਪੰਜਾਬ ਪੁਲਿਸ 'ਚ ASI ਹੈ ਅਤੇ ਅੰਮ੍ਰਿਤਸਰ ਵਿਖੇ ਤਾਇਨਾਤ ਹੈ, ਮਹਿਕਦੀਪ ਦਾ ਇਲਾਜ ਕਰਾਉਣ ਵਾਸਤੇ ਅੱਗੇ ਆਇਆ ਹੈ। ਉਸਦਾ ਕਹਿਣਾ ਹੈ ਕਿ ਇਸ ਦੇ ਇਲਾਜ ਲਈ ਅੱਜ ਹੀ ਇਸ ਨੂੰ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਹੈ ਅਤੇ ਲੋੜ ਪੈਣ 'ਤੇ ਇਸ ਨੂੰ PGI ਵੀ ਲੈ ਕੇ ਜਾਣਗੇ। ਇਹ ਪਿੰਡ ਛੋਟਾ ਸਹਿਸਰਾ ਅਜਨਾਲਾ ਰੋਡ 'ਤੇ ਅਤੇ ਇਹ ਬੇਟੇ ਦਾ ਨਾਮ ਜਿਹੜਾ ਮਹਿਕਦੀਪ ਸਿੰਘ ਹੈ, ਇਹਦੀ 17 ਸਾਲ ਏਜ ਹੈ। ਇਹਦੇ ਮਦਰ ਫਾਦਰ ਜਿਹੜੇ ਉਹ ਹੈਂਡੀਕੈਪਡ ਨੇ ਅਤੇ ਇਹਦਾ ਇਲਾਜ ਨਹੀਂ ਕਰਾ ਸਕਦੇ ਅਤੇ 3 ਸਾਲ ਤੋਂ ਇਹਦੀ ਜਿਹੜੀ ਆ ਆਪਣੇ ਲਾਈਟ ਹੈ ਉਹ ਬੰਦ ਹੈ ਅਤੇ ਹੁਣ 17 ਸਾਲ ਏਜ ਹੋ ਗਈ ਹੈ, ਮਤਲਬ ਲਗਭਗ 14 ਸਾਲ ਤੋਂ ਇਹਦੀ ਜਿਹੜੀ ਆ ਲਾਈਟ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ। ਸੋ ਅੱਜ ਅਸੀਂ ਇਹਨੂੰ ਬੇਟੇ ਨੂੰ ਅੰਮ੍ਰਿਤਸਰ ਲਿਜਾ ਰਹੇ ਹਾਂ ਅਤੇ ਇਹਦਾ ਅਸੀਂ ਇਲਾਜ ਜਿਹੜਾ ਉਹ ਅੱਜ ਸਟਾਰਟ ਕਰਦੇ। ਇਹ ਇਲਾਜ ਜੀ ਇਹਦਾ ਅਸੀਂ ਕੋਸ਼ਿਸ਼ ਕਰਾਂਗੇ ਜੇ ਅੰਮ੍ਰਿਤਸਰ ਹੀ ਹੋ ਜਾਏ, ਜਿੰਨਾ ਵੀ ਹੋ ਜਾਏਗਾ ਪਹਿਲਾਂ ਇਹਦੇ ਟੈਸਟ ਕਰਾਵਾਂਗੇ, ਟੈਸਟਾਂ ਤੋਂ ਬਾਅਦ ਜਿਹੜਾ ਅਸੀਂ ਇਹਦਾ ਇਲਾਜ ਜਿਹੜਾ ਉਹ ਅਸੀਂ ਸ਼ੁਰੂ ਕਰਾਵਾਂਗੇ ਜੇ ਇਹਦਾ ਇਲਾਜ ਪੋਸੀਬਲ ਹੋ ਜਾਏ। ਠੀਕ ਹੈ ਨਹੀਂ ਤਾਂ ਫਿਰ PGI। ਦਲਜੀਤ ਸਿੰਘ ਇਸ ਨੌਜਵਾਨ ਮਹਿਕਦੀਪ ਸਿੰਘ ਲਈ ਜੋ ਵੀ ਕਰ ਰਿਹਾ ਉਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ। ਮਦਦ ਦੇ ਲਈ ਮਹਿਕਦੀਪ ਦੇ ਮਾਂ ਬਾਪ ਇਸ ਪੁਲਿਸ ਮੁਲਾਜ਼ਮ ਨੂੰ ਦੁਆਵਾਂ ਦਿੰਦੇ ਨਹੀਂ ਥੱਕ ਰਹੇ। ਵਾਕਈ ਸੈਲਿਊਟ ਹੈ ਪੰਜਾਬ ਪੁਲਿਸ ਦੇ ਅਜਿਹੇ ਮੁਲਾਜ਼ਮ ਨੂੰ। ਹਕੀਕਤ TV ਪੰਜਾਬੀ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।